ਹਾਂਜੀ ਨਿਆਣਾ ਦੀ ਐਨੀਮੇਸ਼ਨ ਨੂੰ ਬੜਾ ਪਿਆਰ ਦੇ ਰਹੇ ਹੋ ਤੁਸੀਂ ਥੋੜਾ ਬਹੁਤ ਬਹੁਤ ਧੰਨਵਾਦ ਤੈਦ ਲਓ ਸੱਚੀ ਔਰ ਬੜਾ ਚੰਗਾ ਲੱਗ ਰਿਹਾ ਕਿ ਕਿੰਨੀ ਸਾਰੀ ਜਿਹੜੀ ਐਨੀਮੇਸ਼ਨਸ ਬੱਚੇ ਬਣਾ ਰਹੇ ਨੇ ਬੱਚੇ ਖੁਸ਼ ਹੋ ਰਹੇ ਨੇ ਜਿਹੜੀ ਮੈਨੂੰ ਆਸ ਸੀਗੀ ਔਰ ਤੁਸੀਂ ਦੱਸ ਰਹੇ ਹੋ ਬੜਾ ਚੰਗਾ ਲੱਗ ਰਿਹਾ ਮੈਂ ਸੋਚਿਆ ਇਹਨੂੰ ਥੋੜਾ ਜਿਹਾ ਹੋਰ ਤਫਸੀਲ ਦੇ ਵਿੱਚ ਬਣਾ ਦਾਂ ਤੁਸੀਂ ਆਪਣੀ ਕੋਈ ਤਸਵੀਰ ਚੱਕੋ ਉਹਦੀ ਫੋਟੋ ਖਿੱਚ ਕੇ ਆਪਣੇ ਕੰਪਿਊਟਰ 'ਚ ਅਪਲੋਡ ਕਰ ਲਓ ਜਾਂ ਅਗਰ ਤੁਸੀਂ ਇਹਨੂੰ ਫੋਨ ਦੇ ਉੱਤੇ ਲੋਡ ਕਰਿਆ ਤਾਂ ਉੱਥੋਂ ਕਰ ਸਕਦੇ ਹੋ ਹਨਾ ਔਰ ਇਹਨੂੰ ਤੁਸੀਂ ਨੈਕਸਟ ਅਪਲੋਡ ਕਰਨ ਤੋਂ ਬਾਅਦ ਇਹਦੇ ਤੁਸੀਂ ਨੈਕਸਟ ਕਰਨਾ ਇਹਨੇ ਇਹਨੂੰ ਇੱਥੋਂ ਤੁਹਾਨੂੰ ਪੁੱਛ ਲੈਣਾ ਵੀ ਅਗਰੀਮੈਂਟ ਹੈ ਇਹਨੂੰ ਟਰਨ ਕਰ ਦਿਓ ਕਿਉਂਕਿ ਇਹ ਡੈਮੋ ਹੀ ਆਜੇ ਔਰ ਇਸ ਤੋਂ ਬਾਅਦ ਇਹਨੇ ਚੈਕਲਿਸਟ ਦੇਖਣੀ ਆ ਕਿ ਅਗਰ ਤੁਹਾਡੀ ਸਪੇਸ ਜ਼ਿਆਦਾ ਜਾਂ ਤੁਸੀਂ ਕੋਈ ਐਨੀਮੇਸ਼ਨ ਕੱਟਣੀ ਆ ਉਹ ਹੈ ਉਹਦੇ ਤੇ ਕਲਿੱਕ ਕਰ ਦਿਓ ਹੁਣ ਕੀ ਕਰਨਾ ਇਹ ਚ ਐਡਜਸਟਮੈਂਟ ਕੋਈ ਨਹੀਂ ਕਰਨ ਵਾਲੀ ਕਿਉਂਕਿ ਮੈਂ ਪੂਰੀ ਪੂਰੀ ਹੀ ਫੋਟੋ ਖਿੱਚੀ ਸੀ ਇਹ ਜੇ ਥੋੜੀ ਜੀ ਤੁਸੀਂ ਐਡਜਸਟ ਕਰਨੀ ਆ ਤਾਂ ਕਰ ਸਕਦੇ ਹੋ ਐਂਡ THEN ਉਸ ਤੋਂ ਬਾਅਦ ਨੈਕਸਟ ਕਰ ਦਿਓ ਕਿ ਨੂੰ ਸੈਪਰੇਟਿੰਗ ਕੈਰੈਕਟਰ ਜਿਹੜਾ ਹੈ ਅਗਰ ਕੋਈ ਕਿਤਨਾ ਕਿਤੇ ਕੋਈ ਗੈਪ ਰਹਿ ਗਿਆ ਕੋਈ ਚੀਜ਼ ਹੈਗੀ ਆ ਉਹ ਤੁਸੀਂ ਕਰਨੀ ਆ ਤਾਂ ਉਹ ਇੱਥੇ ਅਡਜਸਟ ਕਰ ਸਕਦੇ ਹੋ ਆ ਥੱਲੇ ਇਹਨਾਂ ਦੇ ਰੇਸਰ ਤੇ ਪੇਂਟ ਬ੍ਰਸ਼ ਦਿੱਤਾ ਹੋਇਆ ਉਹਦਾ ਸਾਈਜ਼ ਇੱਥੇ ਤੁਸੀਂ ਅਡਜਸਟ ਕਰ ਸਕਦੇ ਹੋ ਐਂਡ ਹੁਣ ਨੈਕਸਟ ਕਰ ਦਿੰਨੇ ਆ ਉਸ ਤੋਂ ਬਾਅਦ ਫਿਰ ਹੁਣ ਇਹਨੇ ਸਕੈਨ ਕਰਨਾ ਹੁਣ ਇਹ ਜਿਹੜਾ ਕੀ ਕਰ ਰਿਹਾ ਇਹ ਤੁਹਾਡੇ ਜਿਹੜੇ ਜੋਇੰਟਸ ਨੇ ਸਾਡੇ ਉਹ ਅਡਜਸਟ ਕਰ ਰਿਹਾ ਵੀ ਕਿੱਥੇ ਕਿਹੜੀ ਚੀਜ਼ ਆ ਹਨਾ ਅੱਖਾਂ ਕਿੱਥੇ ਬਣੀਆਂ ਹੋਈਆਂ ਨੇ ਇਹਨੂੰ ਤੁਸੀਂ ਥੱਲੇ ਉੱਪਰ ਕਰ ਸਕਦੇ ਹੋ ਵੀ ਕੰਨ ਕਿੱਥੇ ਕਿ ਨਹੀਂ ਹਨਾ ਇਹ ਕੰਨ ਹੁਣ ਕੰਨ ਵਾਲੀ ਜਗ੍ਹਾ ਤੇ ਹੀ ਹੋਣਗੇ ਬਿਲਕੁਲ ਜੀ ਕੰਨ ਕੰਨ ਵਾਲੀ ਜਗ੍ਹਾ ਤੇ ਹੀ ਨੇ ਔਰ ਇਸ ਤੋਂ ਬਾਅਦ ਤੁਹਾਡੇ ਜਿਹੜੇ ਜੋਇੰਟਸ ਨੇ ਉਹ ਜੋਇੰਟ ਨੂੰ ਇਹ ਐਡਜਸਟ ਕਰ ਸਕਦੇ ਹੋ ਹਨਾ ਤੁਸੀਂ ਕੀ ਕਰਨਾ ਹੁਣ ਇਹਦੇ ਜਿਹੜੇ ਅ ਨੈਕਸਟ ਪ੍ਰੈਸ ਕਰਦੇ ਹਾਂ ਅਸੀਂ ਤਾਂ ਇਹ ਤੁਹਾਡੀ ਜਿਹੜੀ ਸੈਗਮੈਂਟ ਦੇ ਵਿੱਚ ਇਹ ਤੁਹਾਡੀ ਐਨੀਮੇਸ਼ਨ ਤਿਆਰ ਕਰ ਦੂ ਹੁਣ ਮੈਂ ਪੈਰ ਬਣਾ ਲੇ ਇਧਰ ਦੇ ਪਾਸੇ ਨੂੰ ਉਹ ਉਧਰ ਹੁਣ ਟੱਪਦਾ ਫਿਰਦਾ ਹੁਣ ਲਾਉਂਦਾ ਛਾਲਾਂ ਇਹ ਓਏ ਹੋਏ ਹੋਏ ਕੀ ਬਾਤ ਹੈ ਮੈਂ ਕਹਿੰਦਾ ਨਿਆਣੇ ਬੜੇ ਖੁਸ਼ ਹੁੰਦੇ ਹੋਣਗੇ ਇਸ ਕਰਨ ਦੇਖ ਕੇ ਔਰ ਕਿਉਂਕਿ ਮੈਨੂੰ ਵੀ ਖੁਸ਼ੀ ਹੋਈ ਐ ਇਸ ਗੱਲ ਦੀ ਔਰ ਦੇਖੋ ਇਹ ਜਿਹੜਾ ਤੁਸੀਂ ਐਨੀਮੇਸ਼ਨ ਪਿਕ ਕਰਦੇ ਹੋ ਉਹ ਐਨੀਮੇਸ਼ਨ ਇਹ ਤੁਹਾਨੂੰ ਉਹ ਦਿਖਾਉਂਦਾ ਕੀ ਬਾਤ ਹੈ ਇਹ ਹੁਣ ਮੌਜੇ ਪੁੱਠੇ ਬਾਈ ਫਿਰਦਾ ਹੈ ਦੱਸ ਓਏ ਇਹਨੂੰ ਦੱਸਿਆ ਨਹੀਂ ਕਿਸੇ ਨੇ ਤੁਸੀਂ ਇਹਨੂੰ ਇੰਜੋਏ ਕਰੋ ਔਰ ਕਰ ਰਹੇ ਹੋ ਤੁਸੀਂ ਥੈਂਕ ਯੂ ਬਹੁਤ ਬਹੁਤ ਧੰਨਵਾਦ ਤੁਹਾਡਾ